ਭਾਜੀਏ ਉਹ ਪਤਾ ਕੁੜੀ ਮੇਰੀ ਗੇਮਾਂ ਖੇਡਦੀ ਹੁੰਦੀ ਸੀ ਗਰਾਊਂਡ ਜਾਂਦੀ ਹੁੰਦੀ ਸੀ ਖੇਡ ਕੇ ਆਉਂਦੀ ਹੁੰਦੀ ਸੀ ਇਹਨੇ ਮੁੜ ਕੇ ਕਿਤੇ ਮੁੰਡਾ ਵੀ ਜਾਂਦਾ ਹੁੰਦਾ ਸੀ ਇਹਨਾਂ ਦੇ ਮੇਲ ਮਿਲਾਪ ਹੋ ਗਏ ਉੱਧਰੋਂ ਕਿਤੇ ਮਿਲਦੇ ਗਿਲਦੇ ਰਹੇ ਆ ਵਿਆਹ ਤਾਂ ਝਾਸਾ ਇਹਨੂੰ ਦਿੱਤਾ ਉਹਨੇ ਵੀ ਕੋਈ ਗੱਲ ਨਹੀਂ ਆ ਸਿੰਮੋ ਆਪਾਂ ਵਿਆਹ ਕਰਾ ਲਾਂਗੇ ਕੀ ਉਹਦੇ ਨਾਂ ਵਾ ਉਹ ਤਾਂ ਨਾ 8 ਸਾਲ ਹੋ ਗਏ ਸੀ ਸਾਨੂੰ ਨਹੀਂ ਪਤਾ ਹੈਗਾ ਦੱਸਦੇ ਨਹੀਂ ਘਰ ਹੁੰਦੇ ਉਹ ਵੀ ਨਹੀਂ ਦੱਸਦੇ ਹੁੰਦੇ ਕੀ ਉਹਦੇ ਨਾਲ ਘਰ ਹੈ ਇੱਦਾਂ ਚਲੋ ਗੁੱਜੀ ਗੁੱਜੀ ਗੱਲ ਬੱਚੇ ਕਰਦੇ ਸਾਨੂੰ ਨਹੀਂ ਪਤਾ ਹੈਗਾ ਆਪਾਂ ਕੀ ਉਹਦੇ ਨਾਂ ਵਾ ਉਹ ਤਾਂ ਇੰਨਾ ਪਿਆ ਕੀ ਉਹਦੇ ਨਾਂ ਇਹਨੇ ਤਾਂ ਅੱਛਾ ਉਹ ਤਾਂ ਇੰਨਾ ਪਿਆ ਪ੍ਰੈਗਟਨ ਵੀ ਇੰਨਾ ਪਿਆ ਕੀਤਾ ਵਾ 3 ਵਾਰੀ ਹੋਈ ਆ ਬੋਸ਼ਨ ਕਰਵਾਇਆ ਇਹਨੇ ਚੋਰੀ ਚੋਰੀ ਸਾਡੇ ਤੋਂ ਕਰਾਏ ਆ ਸੰਦੀਪ ਉਹਦਾ ਭਰਾ ਦੇ ਨਾਲ ਕੀ ਉਹਦੇ ਨਾਂ ਵਾ ਇਹਨੇ ਨਾ ਇਹਦਾ ਜਿਹੜਾ ਸੰਦੀਪ ਆ ਭਰਾ ਵਾ ਪਹਿਲੀ ਵਾਰੀ ਇਹਨੇ ਖੜਿਆ ਵਾ ਹੁਸ਼ਿਆਰਪੁਰ ਹੁਸ਼ਿਆਰਪੁਰ ਖੜਕੇ ਇਹਨੇ ਨਾ ਮੇਲ ਮਿਲਾਪ ਕੀਤੇ ਆ ਆਪਣੇ ਨਾ ਚਾਚੇ ਘਰ ਇਹਨੇ ਕੀਤੇ ਆ ਮੇਲ ਮਿਲਾਪ ਕਰਾਏ ਆ ਇਹਨੇ ਕਰਾ ਕੇ ਅਤੇ ਮੁੜ ਕੇ ਇਹਨਾਂ ਦਾ ਬਸ ਅੱਗੇ ਤੋਂ ਅੱਗੇ ਵੱਧਦਾ ਰਿਹਾ ਵਾ ਕੀ ਦਿਨਾਂ ਇਹਨੂੰ ਮੁੜ ਕੇ ਵਿਆਹ ਦਾ ਝਾਸਾ ਦੇ ਜਾਂਦਾ ਰਿਹਾ ਜਿੱਥੇ ਨਹੀਂ ਉੱਥੇ ਲੈ ਜਾਂਦਾ ਰਿਹਾ ਵਾ ਇੱਦਾਂ ਕੀ ਉਹਦਾ ਨਾਂ ਵਾ ਮੁੰਡੇ ਦਾ ਨਾਂ ਹੈਗਾ ਵਾ ਰੋਹਿਤ ਕੁਮਾਰ ਆ ਰੋਹਿਤ ਕੁਮਾਰ ਆ ਭਾਅ ਜੀ ਮੁੰਡੇ ਦਾ ਨਾਂ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਸੁਸਾਈਡ ਅਟੈਂਪਟ ਹੋਇਆ ਜਦੋਂ ਅਸੀਂ ਇੱਕ ਆਈਓ ਆਪਣਾ ਆਈਓ ਹੋਸਪਿਟਲ ਭੇਜਿਆ ਅਤੇ ਉਹਦੀ ਡੇਲੀ ਟ੍ਰੀਟਮੈਂਟ ਵੀ ਡੈਥ ਹੋ ਗਈ ਜਦੋਂ ਉਹਦੀ ਇਨਵੈਸਟੀਗੇਸ਼ਨ ਕੀਤੀ ਜਦੋਂ ਸਾਨੂੰ ਪਤਾ ਲੱਗਾ ਉਹ ਕੁੜੀ ਦੇ ਰਿਲੇਸ਼ਨ ਸੀ ਇੱਕ ਰੋਹਿਤ ਨਾਮ ਦਾ ਮੁੰਡਾ ਜੋ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਪੜ੍ਹਦੀ ਹੈ ਉਹ ਜਦੋਂ ਅਸੀਂ ਉਹਨਾਂ ਨੂੰ ਦੇਖਿਆ ਅਤੇ ਇਹਨਾਂ ਦੇ ਰਿਲੇਸ਼ਨ ਉਦੋਂ ਤੋਂ ਸੀਗੇ ਜਦੋਂ ਤੋਂ ਕਿਤੇ ਭਰਤੀ ਦੀ ਤਿਆਰੀ ਟੈਸਟ ਗਰਾਊਂਡ ਦੇ ਵਿੱਚ ਤਿਆਰੀ ਕਰਦੇ ਹੁੰਦੇ ਸੀਗੇ ਤਕਰੀਬਨ 2018-19 ਦੀ ਗੱਲ ਹੈਗੀ ਉਹਦੇ ਵਿੱਚ ਉਹ ਰਿਲੇਸ਼ਨ ਦੇ ਵਿੱਚ ਸੀ ਅਤੇ ਉਹ ਕੁੜੀ ਹੁਣ ਉਹਨੂੰ ਵਿਆਹ ਲਈ ਕਹਿ ਰਹੀ ਸੀ ਅਤੇ ਉਹ ਮੁੰਡਾ ਪਿੱਛੇ ਹੋ ਰਿਹਾ ਸੀ ਸੋ ਡੈਟਸ ਵਾਈ ਆ ਜਿਹੜੀ ਇੰਸੀਡੈਂਟ ਇਹ ਹੋਇਆ ਕਾਰਵਾਈ ਅਸੀਂ ਮੁਕੱਦਮਾ ਨੰਬਰ 119/23 ਅਸੀਂ ਅੰਡਰ ਸੈਕਸ਼ਨ 306 ਦੇ ਵਿੱਚ ਦਰਜ ਕੀਤਾ ਹੈਗਾ ਰੋਹਿਤ ਅਤੇ ਉਹਦਾ ਭਰਾ ਸੰਦੀਪ ਦੇ ਖਿਲਾਫ਼ ਅਸੀਂ ਉਹਦੇ ਵਾਸਤੇ ਰੇਡ ਕਰ ਰਹੇ ਹਾਂ ਜੀ ਉਹ ਆਪਣੀ ਕਾਰ ਅਵੇਲੇਬਲ ਨਹੀਂ ਹੈਗੀ ਉਹਦੇ ਵਾਸਤੇ ਅਸੀਂ ਰੇਡ ਲਈ ਸੋਰਸ ਲਾਏ